15 ਤਰੀਕ ਤੋਂ ਫਸਲ ਆਉਣ ਲੱਗੇਗੀ ਮੰਡੀਆਂ ਦੇ ਵਿੱਚ। ਅਸੀਂ ਪੂਰੀ ਤਿਆਰੀ ਰੱਖੀ ਹੈ, ਇੱਕ ਦਾਣਾ ਅਸੀਂ ਕਣਕ ਦਾ ਰਹਿਣ ਨਹੀਂ ਦੇਣਾ। ਪੰਜਾਬ ਵਿੱਚ ਕਣਕ ਦੀ ਫਸਲ ਲਗਭਗ ਪੱਕ ਕੇ ਤਿਆਰ ਹੋ ਚੁੱਕੀ ਹੈ, ਪਰ ਕੋਰੋਨਾ ਵਾਇਰਸ ਦੇ ਡਰ ਕਾਰਨ ਪੰਜਾਬ ਵਿੱਚ ਲੱਗਿਆ ਲੌਕਡਾਊਨ ਇਸ ਫਸਲ ਲਈ ਮੁਸੀਬਤ ਖੜੀ ਕਰਦਾ ਦਿਖਾਈ ਦੇ ਰਿਹਾ ਹੈ। ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਦੀ ਖਰੀਦ ਅਤੇ ਕਟਾਈ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਮੁੱਖ ਮੰਤਰੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਉਹਨਾਂ ਕਿਹਾ ਕਿ ਕਣਕ ਦੀ ਕਟਾਈ ਲਈ ਪਿੰਡਾਂ ਵਿੱਚ ਵਾਰੀ ਸਿਰ ਪਾਸ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ 30 ਮੈਂਬਰੀ ਤਾਲਮੇਲ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤਾ ਗਿਆ, ਜਦਕਿ ਸੂਬੇ ਭਰ ਵਿੱਚ ਕਰੀਬ 3800 ਖਰੀਦ ਕੇਂਦਰ ਬਣਾਏ ਗਏ ਨੇ। 15 ਤਰੀਕ ਤੋਂ ਵਾਢੀ ਸਾਰੀ ਸ਼ੁਰੂ ਹੋ ਰਹੀ ਹੈ ਔਰ ਸਾਰਾ ਪ੍ਰਬੰਧ ਕੀਤਾ ਗਿਆ ਹੈ। ਮੰਡੀਆਂ ਹੁਣ 3800 ਦੇ ਕਰੀਬ ਮੰਡੀਆਂ ਨੇ। ਸਾਰਾ ਪ੍ਰਬੰਧ ਸਾਡੇ ਅਫਸਰਾਂ ਦਾ, ਸਾਡੇ ਮੁਲਾਜ਼ਮਾਂ ਦਾ ਸਾਰਾ ਹੋ ਚੁੱਕਿਆ ਔਰ ਤੁਹਾਡੀ 15 ਤਰੀਕ ਤੋਂ ਫਸਲ ਆਉਣ ਲੱਗੇਗੀ ਮੰਡੀਆਂ ਦੇ ਵਿੱਚ। ਅਸੀਂ ਪੂਰੀ ਤਿਆਰੀ ਰੱਖੀ ਹੈ, ਇੱਕ ਦਾਣਾ ਅਸੀਂ ਕਣਕ ਦਾ ਰਹਿਣ ਨਹੀਂ ਦੇਣਾ। ਇਹ ਜਿਹੜਾ ਕਰੋਨਾ ਵਾਇਰਸ ਹੈ, ਇਹਦੇ ਕਰਕੇ ਸਾਨੂੰ ਥੋੜ੍ਹੀ ਬਹੁਤੀ ਤਬਦੀਲੀ ਆਪਣੀ ਪੋਲਿਸੀ ਦੇ ਵਿੱਚ ਲਿਆਉਣੀ ਪਈ ਔਰ ਉਹ ਹੈ ਕਿ ਲੋਕ ਤਾਂ ਪਹਿਲਾਂ ਵੱਢ ਕੇ ਆਪਣੀ ਟਰਾਲੀਆਂ ਭਰ ਕੇ ਮੰਡੀਆਂ 'ਚ ਪਹੁੰਚ ਜਾਂਦੇ ਸੀ। ਹੁਣ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਪਾਸ ਦੇਵਾਂਗੇ, ਜਿਸ ਦਿਨ ਔਰ ਜਿਹੜੇ ਟਾਈਮ 'ਤੇ ਤੁਹਾਡਾ ਪਾਸ ਹੈ, ਆਪਣੀ ਕਣਕ ਉੱਥੇ ਲੈ ਕੇ ਤੁਸੀਂ ਮੰਡੀ 'ਚ ਪਹੁੰਚਾ ਦਿਓ। ਇਹਦਾ ਕਾਰਨ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇਕੱਠ ਹੋਵੇ ਮੰਡੀ 'ਚ, ਜਿਉਂ ਇਕੱਠ ਹੁੰਦਾ ਉਹਦੇ ਨਾਲ ਇਹ ਬਿਮਾਰੀ ਵੱਧਦੀ ਹੈ। ਤੋ ਉਸ ਨੂੰ ਰੋਕਣ ਵਾਸਤੇ ਔਰ ਸਾਡੇ ਪਿੰਡਾਂ ਨੂੰ ਸੁਖੀ ਰੱਖਣ ਵਾਸਤੇ ਔਰ ਇਸ ਬਿਮਾਰੀ ਤੋਂ ਦੂਰ ਰੱਖਣ ਵਾਸਤੇ ਸਾਨੂੰ ਇੱਕ ਦੋ ਇਹੋ ਜਿਹੇ ਕਦਮ ਸਾਨੂੰ ਚੱਕਣੇ ਪਏ ਔਰ ਮੈਂ ਆਸ ਕਰਦਾ ਕਿ 31 ਤਰੀਕ ਤੱਕ, 31 ਮਈ ਤੱਕ ਅਸੀਂ ਇਸ ਕਣਕ ਨੂੰ ਪੂਰੀ ਨੂੰ ਚੱਕ ਲਾਂਗੇ। ਹੁਣ ਇਹ ਬਿਮਾਰੀ ਦੇ ਤਰੀਕਾ ਇੱਕੋ ਹੀ ਹੈ ਜਿਹਦੇ ਨਾਲ ਅਸੀਂ ਇਹਨੂੰ ਰੋਕ ਸਕਦੇ ਹਾਂ। ਇੱਕ ਤਾਂ ਨੇੜੇ ਨਾ ਇੱਕ ਦੂਜੇ ਦੇ ਆਓ, ਆਪਣਾ ਜਿੰਨਾ ਸੋਸ਼ਲ ਡਿਸਟੈਂਸਿੰਗ ਕਹਿੰਦੇ ਨੇ, 2 ਗਜ਼ ਦੂਰ ਆਪਣੇ ਇੱਕ ਦੂਜੇ ਤੋਂ ਰਹੋ, ਹੱਥ ਧੋ ਆਪਣੇ। ਉਹ ਸਾਰਾ ਪ੍ਰਬੰਧ ਉੱਥੇ ਕੀਤਾ ਹੋਇਆ, ਚਾਹੇ ਤੁਸੀਂ ਆੜ੍ਹਤੀ ਹੋ, ਚਾਹੇ ਤੁਸੀਂ ਕਿਸਾਨ ਹੋ, ਚਾਹੇ ਤੁਸੀਂ ਕੋਈ ਲੇਬਰ ਵਾਲੇ ਹੋ, ਪਾਣੀ ਕੀਤਾ ਹੋਇਆ, ਸਾਬਣ ਕੀਤਾ ਹੋਇਆ, ਉੱਥੇ ਪ੍ਰਬੰਧ ਸਾਰੇ ਆਪਣੇ ਹੱਥੋਂ ਧੋ ਔਰ ਜਿਸ ਤਰੀਕੇ ਨਾਲ ਦੱਸਣਗੇ ਉੱਥੇ ਜਿਹੜੇ ਸਾਡੇ ਮੁਲਾਜ਼ਮ ਹੋਣਗੇ, ਉਸੇ ਨਾਲ ਇੱਕ ਲਾਈਨ 'ਚ ਲੱਗ ਕੇ ਪਲੀਜ਼ ਆਪਣਾ ਇਹ ਕੰਮ ਕਰੋ। ਇਹ ਆਪਣੇ ਪੰਜਾਬ ਦੀ ਸੁਰੱਖਿਆ ਵਾਸਤੇ ਜ਼ਰੂਰੀ। ਦੱਸ ਦਈਏ ਕਿ ਮੁੱਖ ਮੰਤਰੀ ਨੇ ਇਸ ਦੌਰਾਨ ਐਲਾਨ ਕੀਤਾ ਹੈ ਕਿ ਸਾਰੇ ਮੰਡੀਆਂ ਵਿੱਚ ਆਏ ਲੋਕ ਅਤੇ ਖੇਤਾਂ ਵਿੱਚ ਕੰਮ ਕਰ ਰਹੇ ਲੋਕ ਵੀ ਇੱਕ ਦੂਜੇ ਤੋਂ ਨਿਰਧਾਰਿਤ ਦੂਰੀ ਬਣਾ ਕੇ ਰੱਖਣ ਅਤੇ ਇਸ ਲਈ ਮੰਡੀਆਂ ਵਿੱਚ ਕਰਮਚਾਰੀ ਆਦਿ ਵੀ ਤੈਨਾਤ ਕੀਤੇ ਗਏ ਨੇ। ਹੁਣ ਦੇਖਣਾ ਇਹੀ ਹੈ ਕਿ ਕਣਕ ਦੀ ਵਾਢੀ ਵਿੱਚ ਕਿਸਾਨਾਂ ਲਈ ਕੀਤੇ ਇਹ ਪ੍ਰਬੰਧ ਕਿੰਨੇ ਕੁ ਪੁਖਤਾ ਸਾਬਿਤ ਹੁੰਦੇ ਨੇ ਜਾਂ ਫਿਰ ਇਸ ਸੀਜ਼ਨ ਵਿੱਚ ਕਿਸਾਨਾਂ ਨੂੰ ਕਈ ਹੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।